ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਟੈਂਫੋਰ ਤੁਹਾਡਾ ਸਵਾਗਤ ਹੈ ਪੰਜਾਬ ਪੁਲਿਸ ਦੇ ਨੌਜਵਾਨ ਜਿਹੜੇ ਕਿ ਬੀ1 ਬੀ ਪੀਟੀ ਦਾ ਐਗਜ਼ਾਮ ਦੇਣਾ ਚਾਹੁੰਦੇ ਹਨ ਹੌਲਦਾਰ ਦੀ ਤਰੱਕੀ ਦੇ ਲਈ ਉਹਨਾਂ ਲਈ ਦੱਸ ਦਈਏ ਕਿ ਤੁਹਾਡਾ ਸਿਲੇਬਸ ਜਿਹੜਾ ਬੀਪੀਟੀ ਦਾ ਜਾਰੀ ਹੋ ਚੁੱਕਿਆ ਹੈ ਠੀਕ ਹੈ ਬਿਲਕੁਲ ਉਹੀ ਸੇਮ ਸਿਲੇਬਸ ਹੈ ਠੀਕ ਹੈ ਪੂਰੀ ਵੀਡੀਓ ਚੈਨਲ ਦੇਖਿਓ ਅਸੀਂ ਤੁਹਾਨੂੰ ਦੱਸਾਂਗੇ ਅਸੀਂ ਤੁਹਾਡੇ ਲਈ ਕਿਹੜਾ ਕੋਰਸ ਲੈ ਕੇ ਆਏ ਹਾਂ ਬੀਪੀਟੀ ਦਾ ਫੁੱਲ ਕੋਰਸ ਬਾਰੇ ਵੀ ਦੱਸਾਂਗੇ ਠੀਕ ਹੈ ਜਿਹੜੇ ਕੈਂਡੀਡੇਟ ਬੀ ਨੰਬਰਾਂ ਦੇ ਪਾਰ ਦੀ ਸਿਰਫ ਤਿਆਰੀ ਕਰਨਾ ਚਾਹੁੰਦੇ ਹਨ ਉਹਨਾਂ ਲਈ ਵੀ ਦੱਸਾਂਗੇ ਠੀਕ ਹੈ ਜਿਹੜੇ ਸਿਰਫ ਤੇ ਸਿਰਫ ਐਮਸੀਕਿਊ ਮਲਟੀਪਲ ਚੋਇਸ ਕੁਐਸਚਨ ਚਾਹੁੰਦੇ ਹਨ ਜਾਂ ਫਿਰ ਮੋਕ ਟੈਸਟ ਹੀ ਚਾਹੁੰਦੇ ਹਨ ਉਹਨਾਂ ਲਈ ਵੀ ਪੂਰਾ ਸਾਰਾ ਕੁਝ ਤੁਹਾਨੂੰ ਦੱਸਾਂਗੇ ਕਿਵੇਂ ਤੁਸੀਂ ਇਸ ਨੂੰ ਲੈ ਸਕਦੇ ਹੋ ਠੀਕ ਹੈ ਪੂਰੀ ਵੀਡੀਓes ਲਈ ਧਿਆਨ ਨਾਲ ਦੇਖਿਓ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਐ ਸੌਰੀ ਸੀਤਪਾਲ ਸਿੰਘ ਨਗਰ ਵੱਲੋਂ ਇਹ ਲੈਟਰ ਜਿਹੜਾ ਜਾਰੀ ਕੀਤਾ ਹੋਇਆ ਹੈ ਠੀਕ ਹੈ ਦੇਖ ਸਕਦੇ ਹੋ ਬਿਲਕੁਲ ਲੇਟੈਸਟ ਬੀ ਤ੍ਰਿਕ ਦਾ ਜਿਹੜਾ ਪੱਤਰ ਜਾਰੀ ਕੀਤਾ ਹੋਇਆ ਹੈ ਇਹਨਾਂ ਨੇ ਸਿਲੇਬਸ ਦੱਸਿਆ ਹੈ ਕਿ ਜਿਹੜਾ ਤੁਹਾਡਾ ਸਿਲੇਬਸ ਹੈ ਉਹ ਪੰਜਾਬ ਪੁਲਿਸ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਪਰ ਅਪਲੋਡ ਕਰ ਦਿੱਤਾ ਗਿਆ ਹੈ ਠੀਕ ਹੈ ਸਿਲੇਬਸ ਮੈਂ ਚੈੱਕ ਕੀਤਾ ਸੀ ਤੁਸੀਂ ਦੇਖ ਸਕਦੇ ਹੋ ਸਿਲੇਬਸ ਸੇਮ ਉਹੀ ਹੈ ਜੋ ਪੁਰਾਣਾ ਸਿਲੇਬਸ ਸੀ ਠੀਕ ਹੈ ਪਿਛਲੇ ਸਾਲ ਵਾਲਾ ਠੀਕ ਹੈ ਇਸ ਕਰਕੇ ਤੁਸੀਂ ਇਸ ਵਿੱਚ ਕੋਈ ਉਲਝੇ ਹੋ ਨਾ ਠੀਕ ਹੈ ਸਿਲੇਬਸ ਤੁਹਾਡਾ ਸੇਮ ਉਹੀ ਹੈ ਪੂਰੀ ਵੀਡੀਓ ਹੁਣ ਧਿਆਨ ਨਾਲ ਦੇਖਿਓ ਮੈਂ ਤੁਹਾਨੂੰ ਦੱਸ IPC, CrPC, Evidence Act, Punjab Police Act ਠੀਕ ਹੈ ਇਸ ਤੋਂ ਇਲਾਵਾ PPR ਅਤੇ ਤੁਹਾਡਾ B ਨੰਬਰਾਂ ਦਾ ਇਹ GK ਆਵੇਗੀ ਠੀਕ ਹੈ ਜੇਕਰ ਇਹ ਤੁਹਾਡਾ ਜਿਹੜਾ ਪੂਰਾ ਸਿਲੇਬਸ ਹੈ ਅਸੀਂ ਪੂਰੇ ਦਾ ਪੂਰਾ ਸਿਲੇਬਸ ਤੁਹਾਡੇ ਲਈ ਕੋਰਸ ਲਾਂਚ ਕੀਤਾ ਹੋਇਆ ਹੈ ਵੀਡੀਓ ਦੇ ਲਾਸਟ ਵਿੱਚ ਤੁਹਾਨੂੰ ਦੱਸਾਂਗਾ ਠੀਕ ਹੈ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਠੀਕ ਹੈ ਜੇਕਰ ਤੁਸੀਂ ਕੋਰਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਡਾਇਰੈਕਟ WhatsApp ਕਰ ਸਕਦੇ ਹੋ WhatsApp ਕਰਿਓ ਸਿਰਫ 90418 15272 ਤੁਹਾਡੀ ਸਕਰੀਨ ਉੱਤੇ ਨੰਬਰ ਸ਼ੋਅ ਹੋ ਰਿਹਾ ਹੁਣ 90418 15272 ਇਸ ਨੰਬਰ ਉੱਤੇ ਤੁਸੀਂ ਵਟਸਐਪ ਕਰ ਸਕਦੇ ਹੋ ਠੀਕ ਹੈ ਤੁਹਾਨੂੰ ਇਹ ਪੂਰੇ ਦਾ ਪੂਰਾ ਸਿਲੇਬਸ ਜਿਹੜਾ ਇਹਦਾ ਪੂਰਾ ਕੋਰਸ ਹੈ ਉਹ ਤੁਹਾਨੂੰ ਮਿਲ ਜਾਵੇਗਾ ਸਿਰਫ ਤੇ ਸਿਰਫ 399 ਵਿੱਚ ਠੀਕ ਹੈ ਜਿਹਦੇ ਵਿੱਚ ਕਿ ਤੁਹਾਡਾ ਪੂਰੇ ਸਿਲੇਬਸ ਦੀਆਂ ਵੀਡੀਓ ਲੈਕਚਰ ਹੋਣਗੇ ਠੀਕ ਹੈ ਪੀਡੀਫਾਂ ਹੋਣਗੀਆਂ ਇਹਨਾਂ ਦੀਆਂ ਇਸ ਤੋਂ ਇਲਾਵਾ ਜੇਕਰ ਤੁਹਾਡਾ ਜਿਵੇਂ ਇਹ ਜਿਹੜਾ 20 ਨੰਬਰ ਦਾ ਪੇਪਰ ਹੈ ਠੀਕ ਹੈ ਇਸਦੇ ਸਾਰੇ ਪਾਰਟ ਹੋਵੇਗਾ ਤੁਹਾਡਾ ਇਸ ਤੋਂ ਇਲਾਵਾ ਪੰਜ ਮੌਕ ਟੈਸਟ ਜਿਹੜੇ ਤੁਹਾਨੂੰ ਪੇਪਰਾਂ ਦੇ ਮਿਲਣਗੇ ਠੀਕ ਹੈ ਇਸ ਤੋਂ ਇਲਾਵਾ ਤੁਹਾਨੂੰ ਐਮਸੀਕਿਊ ਕਰਾਵਾਂਗੇ ਜਿਵੇਂ ਕਿ ਤੁਹਾਡਾ ਇਗਜ਼ਾਮ ਪੈਟਰਨ ਹੋਵੇਗਾ ਠੀਕ ਹੈ ਇਹ ਤਾਂ ਹੋ ਗਿਆ ਜਿਨ੍ਹਾਂ ਨੇ ਪੂਰਾ ਸਿਲੇਬਸ ਤਿਆਰ ਕਰਨਾ ਠੀਕ ਹੈ ਜਿਨ੍ਹਾਂ ਦੀ ਪੂਰੇ ਸਿਲੇਬਸ ਦੀ ਤਿਆਰੀ ਹੋ ਚੁੱਕੀ ਹੈ ਉਹ ਸਿਰਫ ਤੇ ਸਿਰਫ ਤੁਹਾਡਾ B ਨੰਬਰਾਂ ਵਾਲਾ ਜਿਹੜਾ ਪਾਰਟ ਹੈ ਜੀਕੇ ਦਾ ਮੈਥ ਰੀਜਨਿੰਗ ਦਾ ਉਹ ਲੈਣਾ ਚਾਹੁੰਦੇ ਹਨ ਠੀਕ ਹੈ ਅਸੀਂ ਉਹਨਾਂ ਲਈ ਵੀ ਅਲੱਗ ਤੋਂ ਕੋਰਸ ਲੈ ਕੇ ਆਏ ਹਾਂ ਠੀਕ ਹੈ ਵੀਡੀਓ ਦੇ ਲਾਸਟ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਕੋਈ ਵੀ ਜਾਣਕਾਰੀ ਜਿਹੜੀ ਤੁਹਾਨੂੰ ਤੁਸੀਂ 9041815272 ਉਤੇ ਵਟਸਐਪ ਕਰਨਾ ਹੈ ਠੀਕ ਹੈ ਵਟਸਐਪ ਕਰਕੇ ਤੁਸੀਂ ਇਸ ਨੰਬਰ ਤੇ ਜਾਣਕਾਰੀ ਲੈ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਸੀਂ ਸਿਰਫ ਜੇਕਰ ਤੁਹਾਡੀ ਸਾਰੀ ਤਿਆਰੀ ਹੋ ਚੁੱਕੀ ਹੈ ਤੁਸੀਂ ਸਿਰਫ ਪ੍ਰੈਕਟਿਸ ਕਰਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਪੰਜ ਮੌਕ ਟੈਸਟ ਪ੍ਰੈਕਟਿਸ ਦੇ ਲਈ ਪ੍ਰੋਵਾਈਡ ਕਰਾਵਾਂਗੇ ਜਿਹੜੇ ਕਿ ਤੁਹਾਡੇ ਬਿਲਕੁਲ ਹੀ ਇਗਜ਼ਾਮ ਦੇ ਪੈਟਰਨ ਤੇ ਹੋਣਗੇ ਠੀਕ ਹੈ ਇਸ ਦੇ ਲਈ ਵੀ ਤੁਸੀਂ ਜਿਹੜਾ ਵਟਸਐਪ ਕਰ ਸਕਦੇ ਹੋ 9041815272 ਤੁਸੀਂ ਹੁਣ ਦੇਖ ਲਵੋ ਕਿ ਅੱਜ ਤੁਹਾਡਾ ਸਿਲੇਬਸ ਜਿਹੜਾ ਹੁਣੇ ਜਾਰੀ ਹੋ ਚੁੱਕਿਆ ਹੈ ਜਿਹੜੀ ਜਿਹੜੇ ਪੰਜਾਬ ਪੁਲਿਸ ਦੇ ਜਿਹੜੇ ਜਿਹੜੇ ਜ਼ਿਲ੍ਹਿਆਂ ਨੇ ਹਲੇ ਫਾਰਮ ਨਹੀਂ ਭਰਵਾਏ ਉਹ ਵੀ ਬਹੁਤ ਜਲਦੀ ਤੁਹਾਡੇ ਫਾਰਮ ਜਿਹੜੇ ਪ੍ਰਭਾਵ ਹੋ ਜਾਣੇ ਹਨ ਠੀਕ ਹੈ ਉਮੀਦ ਕੀਤੀ ਜਾ ਸਕਦੀ ਹੈ ਕਿ ਤੁਹਾਡਾ ਪੇਪਰ ਜਿਹੜਾ ਮਈ ਦੇ ਐਂਡ ਤੱਕ ਜਿਹੜਾ ਤੁਹਾਡਾ ਪੇਪਰ ਹੋ ਜਾਵੇਗਾ ਠੀਕ ਹੈ ਹੁਣ ਇਸ ਵਿੱਚ ਇਹ ਨਾ ਸੋਚਿਓ ਕਿ ਗਰਮੀਆਂ ਪੇਪਰ ਕਿੱਥੇ ਹੋਵੇਗਾ ਜਿਵੇਂ ਕਿ ਪਿਛਲੀ ਵਾਰੀ ਐ ਐਲ ਇਸ ਵਾਰ ਵੀ ਸੇਮ ਉਸੇ ਪੈਟਰਨ ਉੱਤੇ ਕੋਈ ਨਾ ਕੋਈ ਯੂਨੀਵਰਸਿਟੀ ਜਾਂ ਕੋਈ ਅਦਾਰਾ ਬੁੱਕ ਕਰ ਲਿਆ ਜਾਵੇਗਾ ਜਿੱਥੇ ਕਿ ਤੁਹਾਡਾ ਪ੍ਰੋਪਰ ਕਮਰਿਆਂ ਵਿੱਚ ਜਿਹੜਾ ਪੇਪਰ ਹੀ ਹੋਵੇਗਾ ਠੀਕ ਹੈ ਇਹ ਨਹੀਂ ਹੈ ਕਿ ਪਿਛਲੀ ਵਾਰਾਂ ਮੰਗ ਜਿਹੜਾ ਤੁਹਾਡਾ ਪੀਏਪੀ ਗਰਾਊਂਡ ਵਿਖੇ ਪੇਪਰ ਹੁੰਦਾ ਸੀਗਾ ਉਸ ਤਰ੍ਹਾਂ ਹੀ ਪੇਪਰ ਨਹੀਂ ਹੋਵੇਗਾ ਠੀਕ ਹੈ ਇਸ ਕਰਕੇ ਇਹ ਦਿਮਾਗ ਚ ਹੁਣ ਭੁੱਲ ਜਾਓ ਕਿ ਜੇ ਮਈ ਜੂਨ ਅੱਗੇ ਆ ਗਈ ਗਰਮੀ ਵਾਲੇ ਮਹੀਨਿਆਂ ਵਿੱਚ ਤੁਹਾਡਾ ਪੇਪਰ ਨਹੀਂ ਹੋ ਸਕਦਾ ਪੇਪਰ ਤੁਹਾਡਾ ਹੋਵੇਗਾ ਹਰ ਹਾਲ ਜਿਵੇਂ ਪਿਛਲੀ ਵਾਰ ਵੀ ਮਈ ਵਿੱਚ ਪੇਪਰ ਹੋਇਆ ਸੀ ਉਸੇ ਤਰ੍ਹਾਂ ਹੀ ਹੁਣ ਵੀ ਮਈ ਜਾਂ ਜੂਨ ਦੇ ਸਟਾਰਟਿੰਗ ਵਿੱਚ ਤੁਹਾਡਾ ਪੇ ਠੀਕ ਹੈ ਜਿਹੜੇ ਜਿਹੜੇ ਜਿਲਿਆਂ ਨੇ ਨਹੀਂ ਪਰਵਾਇਆ ਉਹ ਵੀ ਪਰਵਾ ਲੈ ਜਾਣ ਕੇ ਤੁਹਾਡੇ ਫਾਰਮ ਪੂਰੀ ਤਿਆਰੀ ਜਿਹੜੀ ਹੋਣੀ ਤੋਂ ਆਪਣੀ ਚੰਗੀ ਤਰ੍ਹਾਂ ਸ਼ੁਰੂ ਕਰ ਦੇਵੋ ਤਾਂ ਕਿ ਤੁਸੀਂ ਵਧੀਆ ਤਰੀਕੇ ਨਾਲ ਜਿਹੜਾ ਐਗਜ਼ਾਮ ਕਲੀਅਰ ਕਰ ਸਕੋ ਠੀਕ ਹੈ ਕੋਈ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਤੁਸੀਂ ਚਾਹੁੰਦੇ ਹੋ ਕੋਰਸ ਸੰਬੰਧੀ 90411 15272 ਉੱਤੇ ਵਟਸਐਪ ਕਰੋ ਠੀਕ ਹੈ ਇਸ ਉੱਤੇ ਸਿਰਫ ਤੁਸੀਂ ਵਟਸਐਪ ਕਰਨਾ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ ਪੂਰੀ ਵੀਡੀਓ ਅੱਗੇ ਧਿਆਨ ਨਾਲ ਦੇਖ ਲਿਓ ਤੁਹਾਨੂੰ ਸਾਰੀ ਡਿਟੇਲ ਕੋਰਸ ਬਾਰੇ ਪਤਾ ਲੱਗ ਜੀ ਕੋਰਸ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਮਿਲ ਜਾਵੇਗਾ ਠੀਕ ਹੈ ਸਾਰੀ ਕੋਰਸ ਦੀ ਜਾਣਕਾਰੀ ਅੱਗੇ ਹ ਸਤਿ ਸ਼੍ਰੀ ਅਕਾਲ ਕਿ ਅਸੀਂ BPT 2023 B1 ਇਗਜ਼ਾਮ ਜਿਹੜਾ ਤੁਹਾਡਾ ਹੋਣਾ ਹੈ ਉਸ ਦੇ ਸੰਬੰਧੀ ਇੱਕ ਕੋਰਸ ਲਾਂਚ ਕੀਤਾ ਹੋਇਆ ਹੈ ਕੋਰਸ ਸਾਡੀ ਐਪ ਉੱਤੇ ਹੈ ਐਪ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਮੈਂ ਕੋਰਸ ਦੀ ਡਿਟੇਲ ਤੁਹਾਨੂੰ ਦੱਸ ਦਿੰਨਾ ਕੋਰਸ ਵਿੱਚ ਅਸੀਂ ਤੁਹਾਨੂੰ ਫੁੱਲ ਵੀਡੀਓ ਲੈਕਚਰ ਪਲੱਸ PDF ਮੁਹੱਈਆ ਕਰਵਾਵਾਂਗੇ ਜਿੰਨਾ ਵੀ ਤੁਹਾਡਾ ਸਿਲੇਬਸ ਹੈ IPC PPR CRPC GK ਜਿੰਨਾ ਵੀ ਸਿਲੇਬਸ ਹੈ ਤੁਹਾਡਾ ਸਾਰੇ ਦੇ ਸਾਰੇ ਸਿਲੇਬਸ ਦੇ ਵੀਡੀਓ ਲੈਕਚਰ ਹੋਣਗੇ ਪਲੱਸ ਤੁਹਾਨੂੰ ਉਹਨਾਂ ਦੀਆਂ PDFਾਂ ਵੀ ਦਿੱਤੀ ਜਾਣਗੀਆਂ ਅਤੇ ਨਾਲ ਦੀ ਨਾਲ ਤੁਹਾਨੂੰ ਉਹਨਾਂ ਦੇ ਮਲਟੀਪਲ ਚੁਆਇਸ ਕੁਐਸਚਨ ਜਿਹੜੇ ਉਹ ਵੀ ਕਰਵਾਏ ਜਾਣਗੇ ਜੋ ਕਿ ਬਿਲਕੁਲ ਤੁਹਾਡੇ ਪੇਪਰ ਦੇ ਪੈਟਰਨ ਦੇ ਉੱਤੇ ਹੀ ਹੋਣਗੇ ਕੋਰਸ ਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਜਾਂ ਕਮੈਂਟ ਬਾਕਸ ਵਿੱਚ ਮਿਲ ਜਾਵੇਗਾ ਜਿੱਥੋਂ ਤੁਸੀਂ ਆਈਪੀਸੀ ਦੇ ਫ੍ਰੀ ਡੈਮੋ ਵੀਡੀਓਜ਼ ਲੈਕਚਰ ਜਿਹੜੇ ਦੇਖ ਸਕਦੇ ਹੋ ਜਿਸ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਵੇਗਾ ਕੋਰਸ ਕਿੰਨਾ ਲਾਹੇਵੰਦ ਹੈ ਤੁਹਾਡੇ ਲਈ ਅਤੇ ਤੁਸੀਂ ਜੇ ਕਿਸ ਨੂੰ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਐਪ ਉੱਤੇ ਹੀ ਜਾ ਕੇ ਇਸ ਨੂੰ ਪਰਚੇਸ ਕਰ ਸਕੋਗੇ ਠੀਕ ਹੈ Android ਵਾਲਿਆਂ ਲਈ ਅਸੀਂ ਡਾਇਰੈਕਟ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਤੇ ਤੁਹਾਡੇ ਕਮੈਂਟ ਬਾਕਸ ਵਿੱਚ ਮਿਲ ਜਾਵੇਗਾ ਤੁਹਾਨੂੰ ਅਤੇ ਜੇਕਰ ਤੁਸੀਂ ਆਈਫੋਨ ਉਤੋਂ ਇਸ ਨੂੰ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਦਾ ਵੀ ਲਿੰਕ ਜਿਹੜਾ ਨੀਚੇ ਮਿਲ ਜਾਵੇਗਾ ਆਈਫੋਨ ਵਾਲਿਆਂ ਲਈ ਅਲੱਗ ਲਿੰਕ ਹੈ ਉਹ ਕਲਾਸ ਪਲੱਸ ਦੀ ਜਿਹੜੀ ਐਪ ਹੈ ਉਹ ਡਾਊਨਲੋਡ ਕਰਨਗੇ ਉੱਥੇ ਉਹਨਾਂ ਨੂੰ ਜਿਹੜਾ ਆਪਣਾ ਹਾਈ ਕੋਰਸ ਹੈ ਉਹ ਮਿਲੇਗਾ ਇਸ ਤੋਂ ਇਲਾਵਾ ਸਾਨੂੰ ਬਹੁਤ ਸਾਰੇ ਸਟੂਡੈਂਟਾਂ ਦੇ ਮੈਸੇਜ ਆ ਰਹੇ ਸਨ ਕਿ ਉਹਨਾਂ ਨੇ ਲਾ ਦੀ ਤਿਆਰੀ ਕਰ ਲਈ ਹੈ ਉਹਨਾਂ ਨੂੰ ਸਿਰਫ ਜੀਕੇ ਦਾ ਕੋਰਸ ਚਾਹੀਦਾ ਹੈ ਤਾਂ ਉਹਨਾਂ ਦੇ ਲਈ ਅਸੀਂ ਇੱਕ ਸਪੈਸ਼ਲ ਜੀਕੇ ਦਾ ਕੋਰਸ ਅਲੱਗ ਤੋਂ ਲਾਂਚ ਕਰ ਰਹੇ ਹਾਂ ਉਹ ਵੀ ਤੁਹਾਨੂੰ ਐ ਪੁੱਤੇ ਹੀ ਮਿਲ ਜਾਵੇਗਾ ਠੀਕ ਹੈ ਇਸ ਤੋਂ ਇਲਾਵਾ ਜਿਨ੍ਹਾਂ ਦੀ ਤਿਆਰੀ ਕੰਪਲੀਟ ਬਿਲਕੁਲ ਹੋ ਚੁੱਕੀ ਹੈ ਉਹ ਸਿਰਫ ਮੋਕ ਟੈਸਟ ਹੀ ਲਗਾਉਣਾ ਚਾਹੁੰਦੇ ਹਨ ਉਹਨਾਂ ਲਈ ਵੀ ਜਿਹੜਾ ਅਸੀਂ ਅਲੱਗ ਤੋਂ ਮੋਕ ਟੈਸਟ ਦਾ ਜਿਹੜਾ ਇੱਕ ਕੋਰਸ ਹੀ ਲਾਂਚ ਕਰ ਦਵਾਂਗੇ ਜਿਸ ਵਿੱਚ ਕਿ ਤੁਹਾਨੂੰ ਹਰੇਕ ਐਤਵਾਰ ਨੂੰ ਇੱਕ ਮੋਕ ਟੈਸਟ ਮਿਲਿਆ ਕਰੇਗਾ ਅਤੇ ਤੁਸੀਂ ਰੋਜ਼ ਹਰੇਕ ਐਤਵਾਰ ਨੂੰ ਜਿਹੜਾ ਉਹ ਮੋਕ ਟੈਸਟ ਕਰੋਗੇ 2 ਘੰਟੇ ਦਾ ਪੂਰਾ ਤੁਹਾਡਾ ਪੇਪਰ ਦੇ ਪੈਟਰਨ ਉੱਤੇ ਬਿਲਕੁਲ ਹੀ ਮੋਕ ਟੈਸਟ ਹੋਵੇਗਾ ਅਤੇ ਤੁਸੀਂ ਮੋਕ ਟੈਸਟ ਕਰਨ ਤੋਂ ਬਾਅਦ ਤੁਹਾਨੂੰ ਆਈਡੀਆ ਹੋ ਜਾਵੇਗਾ ਕਿ ਤੁਹਾਡੀ ਤਿਆਰੀ ਕਿੰਨੀ ਕੁ ਹੋ ਚੁੱਕੀ ਹੈ ਅਤੇ ਕਿਹੜੇ- ਅਟੈਂਡ ਹੀ ਤੁਹਾਡੀ ਵੀ ਕੰਨ ਤੁਸੀਂ ਉਹਨਾਂ ਉੱਤੇ ਦੁਬਾਰਾ ਜਿਹੜਾ ਮਿਹਨਤ ਕਰ ਸਕਦੇ ਹੋ ਜਿਨ੍ਹਾਂ ਸਟੂਡੈਂਟਾਂ ਨੇ ਸਾਡਾ BPT ਦਾ ਫੁੱਲ ਕੋਰਸ ਲਿਆ ਹੋਇਆ ਹੈ ਉਹਨਾਂ ਨੂੰ ਹੋਰ ਕੋਈ ਕੋਰਸ ਪਰਚੇਸ ਕਰਨ ਦੀ ਲੋੜ ਨਹੀਂ ਕਿਉਂਕਿ ਫੁੱਲ ਕੋਰਸ ਵਾਲਿਆਂ ਨੂੰ ਸਾਰੇ ਦਾ ਸਾਰਾ ਮਟੀਰੀਅਲ ਤੁਹਾਡੇ ਕੋਰਸ ਵਿੱਚ ਹੀ ਮਿਲੇਗਾ ਐਮਸੀਕਿਊ ਵੀ ਫੁੱਲ ਕੋਰਸ ਵਾਲਿਆਂ ਨੂੰ ਤੁਹਾਡੇ ਕੋਰਸ ਵਿੱਚ ਹੀ ਮਿਲਣਗੇ ਅਤੇ ਪੰਜ ਮੌਕ ਟੈਸਟ ਜਿਹੜਾ ਸੀ ਅਲੱਗ ਤੋਂ ਕੋਰਸ ਸ਼ੁਰੂ ਕਰ ਰਹੇ ਹਾਂ ਉਹ ਵੀ ਫੁੱਲ ਕੋਰਸ ਵਾਲਿਆਂ ਨੂੰ ਤੁਹਾਡੇ ਮੌਕ ਟੈਸਟ ਦੇ ਵਿੱਚ ਹੀ ਇਨਕਲੂਡਡ ਹੋਵੇਗਾ ਤੁਹਾਨੂੰ ਅਲੱਗ ਤੋਂ ਕੋਈ ਹੋਰ ਕੋਰਸ ਲੈਣ ਦੀ ਲੋੜ ਨਹੀਂ ਹੈ ਏ ਪੰਜ ਮੋਕ ਟੈਸਟ ਵਾਲਾ ਅਤੇ ਸਿਰਫ ਜੀਕੇ ਵਾਲਾ ਜਿਹੜਾ ਪਾਰਟ ਹੈ ਅਸੀਂ ਉਹਨਾਂ ਸਟੂਡੈਂਟਾਂ ਲਈ ਕਰ ਰਹੇ ਹਾਂ ਜਿਹੜੇ ਮੈਸੇਜ ਕਰ ਰਹੇ ਸਨ ਜਿਨ੍ਹਾਂ ਦਾ ਲਾਹ ਕੰਪਲੀਟ ਹੈ ਅਤੇ ਉਹ ਸਿਰਫ ਤੇ ਸਿਰਫ ਇਹਨਾਂ ਦੀ ਤਿਆਰੀ ਕਰਨਾ ਚਾਹੁੰਦੇ ਸਨ ਇਹ ਉਹਨਾਂ ਲਈ ਹੈ ਬੀ1 ਦੇ ਕੋਰਸ ਸੰਬੰਧੀ ਜੇਕਰ ਤੁਹਾਨੂੰ ਕੋਈ ਵੀ ਡਾਊਟ ਹੈ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਨੀਚੇ ਸਾਡਾ ਵਟਸਐਪ ਨੰਬਰ ਲਿਖਿਆ ਹੋਇਆ ਹੈ 90418 15272 ਇਸ ਨੰਬਰ ਉੱਤੇ ਤੁਸੀਂ ਮੈਸੇਜ ਕਰਕੇ ਵਟਸਐਪ ਕਰਕੇ ਤੁਸੀਂ B1 ਲਿਖ ਦੇਣਾ ਹੈ ਤਾਂ ਤੁਹਾਨੂੰ ਇਸ ਬੰਦੀ ਹੋਰ ਜਾਣਕਾਰੀ ਜਿਹੜੀ ਉਹ ਤੁਹਾਨੂੰ ਮਿਲ ਜਾਵੇਗੀ ਸਿਰਫ WhatsApp ਕਰਿਓ 9041815272 ਅਸੀਂ ਤੁਹਾਨੂੰ ਕਾਲ ਬੈਕ ਖੁਦ ਕਰ ਲਵਾਂਗੇ